पटियाला पुलिस ने दो वक-वक थावां ते नाकेबंदी कर दो गड्डियां च 86 पेटियां शराब दियां बरामद कर दो व्यक्तियां नूं काबू कीता। इस संबंधी जानकारी दिंदिया थाना सदर च तैनात मैडम गुरप्रीत कौर गिल ने दस्या कि पुलिस ने एक आटो चालक तो 66 जबकि एक कार चालक तो 20 पेटियां शराब दियां बरामद कीतियां हन। फिलहाल पुलिस वालों आरोपियों खिलाफ बनता मामला दर्ज कर अगली कार्रवाई की जा रही है। ਅਸੀਂ ਦੱਸ ਦਿਓ ਜਿਹੜੇ ਹੈਗੇ 66 ਪੇਟੀਆਂ ਜਿਹੜੀ ਹੈਗੇ ਮੁਕਦਮਾ ਦਰਜ ਹੋਇਆ ਕੀ ਹੈਗਾ ਕਿਹੜੀ ਜਗ੍ਹਾ ਦਾ ਮੈਟਰ ਮਾਨਯੋਗ ਐਸਐਸਪੀ ਸਾਹਿਬ ਵਿਕਰਮਜੀਤ ਦੁੱਗਲ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਹੇਠ ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੇ ਦੌਰਾਨ ਤਿਉਹਾਰਾਂ ਦੇ ਰਿਗਾਰਡਿੰਗ ਨਾਕੇ ਲੱਗੇ ਹੋਏ ਸਨ। ਸਾਡਾ ਇੱਕ ਨਾਕਾ ਸੀਗਾ ਸ਼ਾਦੀਪੁਰ ਰੋਡ 'ਤੇ ਬੱਸ ਸਟੈਂਡ, ਉੱਥੇ ਸਾਡੇ ਏਐਸਏ ਸੁਰਿੰਦਰ ਸਿੰਘ ਸੀਗੇ, ਨਾਕਾ ਪਾਰਟੀ ਦੇ ਨਾਮ ਮੌਜੂਦ ਸੀ। ਜਦੋਂ ਸ਼ੱਕ ਦੇ ਆਧਾਰ 'ਤੇ ਇੱਕ ਕੜਾਮ ਰੋਡ ਤੋਂ ਟੈਂਪੂ ਆ ਰਿਹਾ ਸੀ, ਜਿਹਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈੱਕ ਕੀਤਾ ਗਿਆ, ਜਿਸ ਦੇ ਵਿੱਚੋਂ 66 ਪੇਟੀਆਂ ਮਾਰਕਾ ਕਲੱਬ ਮਾਲਟਾ ਫੋਰ ਸੇਲਿਨ ਹਰਿਆਣਾ ਬਰਾਮਦ ਹੋਈ। ਇਹ ਕਿੱਥੇ ਕਿਉਂ ਕਿੰਨੇ ਬੰਦੇ ਸੀ, ਕਿੱਥੇ ਲਿਆ ਸੀ, ਕਿੱਥੇ ਵੇਚਣੇ ਸੀ ਜਾਂ ਕੀ? ਇੱਕ ਬੰਦਾ ਸੀਗਾ ਜਸ਼ਨਪ੍ਰੀਤ ਸਿੰਘ, ਸਨ ਆਫ ਗੁਰਤੇਜ ਸਿੰਘ, ਪਿੰਡ ਬਿੰਬੜ, ਥਾਣਾ ਭਵਾਨੀਗੜ੍ਹ, ਡਿਸਟ੍ਰਿਕਟ ਸੰਗਰੂਰ ਦੇ ਦਾ ਰਹਿਣ ਵਾਲਾ ਸੀ। ਇੱਕੋ ਹੀ ਚਲਾ ਰਿਹਾ ਸੀ, ਜਿਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਸੀ। ਹਾਂਜੀ ਮੈਮ, ਇਸ 'ਤੇ ਕੋਈ ਪਹਿਲੀ ਮੁਕਦਮਾ ਵਗੈਰਾ ਦਰਜ ਹੈਗਾ ਕੋਈ? ਅਸੀਂ FIR ਦਰਜ ਕਰ ਚੁੱਕੇ ਹਾਂ, ਰਿਮਾਂਡ ਲੈ ਕੇ ਪੁੱਛਗਿੱਛ ਜਾਰੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਅੱਗੇ ਦੱਸ ਦਿੱਤੇ ਜਾਣਗੇ। ਹਾਂਜੀ, ਜਿਹੜਾ ਦੂਜਾ ਹੈਗਾ ਮੈਟਰ ਕੀ? ਇਸ ਦੇ ਨਾਲ ਹੀ ਸਾਡਾ ਇੱਕ ਦੂਸਰਾ ਨਾਕਾ ਲੱਗਿਆ ਹੋਇਆ ਸੀਗਾ, ਸਪੈਸ਼ਲ ਨਾਕਾ ਸੀ, ਉਹ ਵੀ ਦੇਵੀਗੜ੍ਹ ਪਟਿਆਲਾ ਰੋਡ 'ਤੇ ਲੱਗਿਆ ਹੋਇਆ ਸੀਗਾ, ਬਹਿਲ ਗੁਰਦੁਆਰੇ ਦੇ ਸਾਹਮਣੇ। ਉੱਥੋਂ ASI ਮਨਜੀਤ ਕੁਮਾਰ ਨੇ ਨਾਕਾ ਪਾਰਟੀ ਦੇ ਨਾਲ ਮੌਜੂਦ ਸੀ, ਜਦੋਂ ਕਿ ਗੱਡੀ ਇੱਕ ਆਉਂਦੀ ਦਿਖਾਈ ਦਿੱਤੀ, ਸਵਿਫਟ ਡਿਜ਼ਾਇਰ ਗੱਡੀ ਸੀ, ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਜਦੋਂ ਚੈੱਕ ਕੀਤੀ ਤਾਂ ਉਸਦੇ ਵਿੱਚੋਂ 20 ਪੇਟੀਆਂ ਜਿਹੜੀਆਂ ਮਤਲਬ ਕਿ ਸ਼ਰਾਬ ਬਰਾਮਦ ਹੋਈ ਹੈ, ਜਿਹਦੇ ਵਿੱਚੋਂ 10 ਪੇਟੀਆਂ ਮਾਰਕਾ ਹੀਰ ਹਰਿਆਣਾ ਅਤੇ 10 ਪੇਟੀਆਂ ਫਸਟ ਚੁਆਇਸ ਫੋਰ ਸੇਲਿਨ ਹਰਿਆਣਾ ਬਰਾਮਦ ਹੋਈਆਂ ਨੇ। ਕਿੰਨੇ ਬੰਦੇ ਸੀਗੇ? ਇੱਕ ਬੰਦਾ ਸੀ ਜਿਹੜਾ ਗੱਡੀ ਚਲਾ ਰਿਹਾ ਸੀਗਾ, ਜਿਸਦਾ ਨਾਮ ਵਿਜੇ ਕੁਮਾਰ ਹੈ, ਸਨ ਆਫ ਰਾਮ ਨਾਰਾਇਣ ਸਿੰਘ, ਵਾਸੀ ਸੰਗਰੂਰ ਦਾ, ਇਹ ਲੋਕਲ ਸੰਗਰੂਰ ਦਾ ਰਹਿਣ ਵਾਲਾ, ਜਿਸਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਸੀ। ਇਸ ਤੋਂ ਪਹਿਲੇ ਵੀ ਮੁਕਦਮਾ ਵਗੈਰਾ ਦਰਜ ਹੈਗਾ ਜੀ? ਇਹ ਤਫਤੀਸ਼ ਜਾਰੀ ਹੈਗੀ, ਰਿਮਾਂਡ ਵਗੈਰਾ ਲੈ ਕੇ ਪਤਾ ਕੀਤਾ ਜਾ ਰਿਹਾ ਕਿ ਵੀ ਇਹ ਕਿੰਨੇ ਇਸ 'ਤੇ ਮੁਕੱਦਮੇ ਨੇ, ਕਿੱਥੋਂ ਲੈ ਕੇ ਆਉਂਦਾ ਹੈ, ਕਿੱਥੇ ਲੈ ਕੇ ਜਾਣੇ, ਅਤੇ ਇਹ ਸਾਰਾ ਪਤਾ ਕੀਤਾ ਜਾ ਰਿਹਾ ਜੀ। ਪਟਿਆਲਾ ਤੋਂ ਕਮਲਜੀਤ ਕੰਬੋਜ ਦੀ ਰਿਪੋਰਟ। ਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਧਾਂਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਡਰ ਡਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ, ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 98144-6471, 98150-6471।